वालेकुम कैसे हैं आप सब लोग उम्मीद है सब ठीक ठाक होंगे इंशाल्लाह मैं भी बिल्कुल ठीक और आज आपके साथ हम जरा ना रंग बिरंगे चावलों की रेसिपी जो है ना वो शेयर करने लगे हैं जो हमने बनाई थी और सच्ची हमें बड़ी स्वादिष्ट लगी बहुत मज़ा आया तो उसकी सारी रेसिपी जो है ना आपके साथ शेयर कर लेते हैं मैंने सोचा तो ये पहले हम चावलों को जरा मेकअप इकट्ठा कर ले हैं मेकअप होना मेकअप सारे ये दिए वो सुरखियाँ सुर्खियां लालियाँ पाउडर ये वो लटरंग पटरंग सारा कुछ ठीक है चीनी है ड्राई फ्रूट्स ने ड्राई ड्राई फ्रूट्स हसबे हसियत ਅਨ ਉਸ ਵੇਸੇ ਇਹ ਤਾਂ ਕਿ ਐ ਸਾਨੂੰ ਕਿ ਤੂੰ ਗਿਫਟ ਆਇਆ ਤੇ ਬਹੁਤ ਮਜ਼ੇ ਮਜ਼ੇ ਦੀਆਂ ਵਿੱਚ ਚੀਜ਼ਾਂ ਕਾਜੂ ਤੇ ਇਹ ਤੇ ਉਹ ਤੇ ਫਲਾਂ ਤੇ ਬਹੁਤ ਹੀ ਆੜੇ ਅੱਛੇ ਜੋ ਵਿਨੇ ਫੈਮਲੀ ਮੈਂਬਰ ਨੇ ਅੱਲਾ ਤੁਹਾਨੂੰ ਖੁਸ਼ ਰੱਖੇ ਰਾ ਤੁਹਾਨੂੰ ਬਹੁਤਾਂ ਦੇ ਬਹੁਤ ਅਛਲੇਗਾ ਤੁਸੀਂ ਹੁਣ ਇੰਨਾ ਅਛਾ ਗਿਫਟ ਦਿੱਤਾ ਤੇ ਚਾਹ ਦੇ ਬੰਨਸੇ ਜਿਆ ਪਾਣੀ ਹੋ ਸੀ ਰੱਖ ਲਿਆ ਪਤੀਲਾ ਹੀ ਚੜ ਲਿਆ ਹੈ ਤੇ ਉਹ ਚਰਾ ਪਾਣੀ ਜਿਹੜਾ ਨਾ ਟੱਪਣਾ ਚੱਲਣਾ ਲੱਗ ਪਿਆ ਉਹਦੇ ਵਿੱਚ ਉਹਨੇ ਚਾਵਲ ਭਗੋ ਕੇ ਪਾਛੇ ਇੱਕ ਬੌਲ ਤੁਸੀਂ ਸਟਾਰਟਿੰਗ ਜੀ ਵੇਖਿਆ ਹੋਏਗਾ ਇੱਕ ਬੌਲ ਜਿਹੜਾ ਨਾ ਉਹ ਚਾਵਲਾਂ ਦਾ ਸੀ ਲਿਆ ਠੀਕ ਹੈ ਨਾ ਤੇ ਉਸੇ ਬੋਲ ਨਾਲ ਫਿਰ ਅਸੀਂ ਚੀਨੀ ਨਾਲ ਆਪਣੀ ਹੈ ਤੇ ਅਸੀਂ ਜਿਹੜਾ ਸਭ ਤੋਂ ਪਹਿਰੇ ਅੱਛਾ ਮੇਰੇ ਪਹਿਲਾਂ ਚਾਵਲ ਹੀ ਬਣਾਨੇ ਆਂਦੇ ਅੰਮੀ ਬਣਾਉਂਦੇ ਹਨ ਪਰ ਅੰਮੀ 컬러 ਜਿਹੜਾ ਨਾ ਦਮ ਤੇ ਪਾ ਲੈਂਦੇ ਹਨ ਤੇ ਉਹਨਾਂ ਦਾ ਸਹੀ ਪੱਕਦੇ ਆ ਮੈਂ ਜਦੋਂ ਬਕਾਨੀ ਹੈ ਨਾ ਤੇ ਉਹ ਮਤੰਜਨ ਤੇ ਨਹੀਂ ਬੰਦਾ ਉਹ ਤੇ ਕੋਤ ਮਾਰ ਕਿਸਮ ਦਾ ਹੀ ਬਣ ਜਾਂਦਾ ਹੀ ਉਹ ਮਤੰਜਨ ਦਾ ਥੱਲੇ ਨਾ ਪੰਗੜਾਈ ਵੱਜ ਜਾਂਦਾ ਹੀ ਸਾਰੇ 컬러 ਜੀ 컬러 컬러 ਹੀ 컬러 ਤੇ ਹੁਣ ਮੈਨੂੰ ਸਹੀ ਪ੍ਰੈਕਟਿਸ ਹੋ ਗਈ ਨੋ ਆਈ ਐਮ ਮਾਸਟਰ ਅੱਛਾ ਜੀ ਤੇ ਇਹ ਜਿਹੜਾ ਨਾ ਅਸੀਂ ਪਾਣੀ ਜਿਹੜਾ ਗਰਮ ਚਾਵਲਾਂ ਦਾ ਨਾ ਜਿੱਦੇ ਚਾਵਲ ਆਡੇ ਉਬਲੰਦੇ ਨੇ ਉਹਦੇ ਵਿੱਚ ਇੱਕ ਪੋਵਾ ਪਾ ਕੇ ਨਾ ਤੇ ਇਹ ਬਦਾਮਾਂ ਚ ਪਾ ਲਓ ਠੀਕ ਹੈ ਇਹਨਾਂ ਬਦਾਮਾਂ ਦੀ ਤੁਛੇੜਾਂ ਝੁੰੜਾਂ ਲਾਣੀ ਆ ਨੇ ਇਹ ਕਲਰ ਰੀਲੀਜ਼ ਕਰਦੇ ਨੇ ਜਦੋਂ ਕਲਰ ਰੀਲੀਜ਼ ਕਰਦੇ ਨੇ ਤਾਂ ਚਾਵਲਾਂ ਜੋ ਹੀਂਦੇ ਨੇ ਜਿਵੇਂ ਨਾ ਗੁੜ ਵਾਲੇ ਚਾਵਲ ਬਣੇ ਨੇ ਤੇ ਉਹ ਜੀਵਿ ਸਿਸਟਮ ਚਲੋ ਹਰ ਤੇ ਐ ਆਪਣੀਆਂ ਸੂੰਗੀਆਂ ਸੰਗੀਆਂ ਜਿਹੜੀਆਂ ਨੇ ਇਹਨਾਂ ਦੀਆਂ ਪੂਛਲਾਂ ਤੁੰਛੀਆਂ ਛੁੰਛੀਆਂ ਲਾ ਲਓ ਤੇ ਉਧਰ ਮੇ ਚਾਵਲਾਂ ਵੱਲ ਵੀ ਜ਼ਰਾ ਧਿਆਨ ਕਰਕੇ ਰੱਖਿਓ ਮਤੇ ਉਧਰ ਚਾਵਲ ਗੁੜਾ ਗੁੜਾ ਕਰਕੇ ਤੱਕ ਪਾਉਣ ਤੇ ਇਹਦਰ ਮੈਂ ਜੇ ਜਿਹੜੀ ਨਜ਼ਰ ਇਹਨਾਂ ਚਾਵਲਾਂ ਵਾਲੂ ਮਾਰ ਲਈ ਜਰਾ ਉਹਨਾਂ ਦੇ ਕੰਨੀ ਵੀ ਵੇਖ ਲਿਆ ਹੈ ਨਾ ਨਾ ਤੇ ਇਧਰ ਮੈਂ ਨਾ ਇਹ ਜਿਹੜੀ ਸੌਂਗੀਆਂ ਨੇ ਤੇ ਐਵੀ ਜਿਹੜੀਆਂ ਨਾ ਇਹ ਕਰ ਲਈਆਂ ਨੇ ਘਟਨ ਦੇਈਆਂ ਹੁਣ ਗਿਰੀ ਘਟਨ ਦੇਈਆਂ ਠੀਕ ਹੈ ਤੇ ਐ ਨਾ ਮੇਰੇ ਜਿਹੜਾ ਬੌਂਡ ਹੈ ਨਾ ਬਣਿਆ ਅੰਗੂਠੇ ਤੇ ਤੁਸੀਂ ਵੇਖ ਤੇ ਲਈ ਹੋਣਾ ਜੇ ਤੁਸੀਂ ਧਿਆਨ ਦੇ ਨਾਲ ਨਾ ਨਜ਼ੀਰ ਲਾ ਕੇ ਮੇਰੀ ਵੀਡੀਓ ਵੇਖਣਦੇ ਹੋ ਤੇ ਤੇ ਉਹ ਚਰਖਾ ਬਣਾਇਆ ਇਹੋ ਦੀ ਵੀਡੀਓ ਵੀ ਤੁਹਾਡੇ ਨਾਲ ਦੀ ਫੇਰ ਸ਼ੇਅਰ ਕਰਾਂਗੀ ਉਹ ਚਰਖੇ ਨਾਲ ਪਹਿਲਾਂ ਤੇ ਹੱਥ ਸੜਵਾਏ ਨਾ ਸਾਰੇ ਤੇ ਬੜਾ ਉਸ ਗਰਦਨ ਮਿਸ ਐਪ ਹੋ ਗਿਆ ਹੈ ਹਾਏ ਹਾਏ ਕੈਮਰਾ ਕੁਬਰੇ ਚੱਕਰ ਵਿੱਚ ਨਾ ਮੈਂ ਤਾਂ ਸੜੋ ਫਿਰ ਚਲੋ ਖਾਣਾ ਖਾਣਾ ਵੀ ਤਾਂ ਬਣਾਇਆ ਹੀ ਨਾ ਤੇ ਇਹ ਆਪਣਾ ਪਤੀਲਾ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਓ ਛਾਨਣਾ ਛੋਣਾ ਜੇ ਬਹੁਤ ਵੱਡੀ ਮਾਸ਼ਾਅੱਲਾ ਤਦਾਦ ਵਿੱਚ ਬਣਾਉਂਦੇ ਹਾਂ ਕਮਸ ਕਮ 1 ਕਿਲੋ 2 ਕਿਲੋ ਰਾਈਸ ਬਣਾਉਂਦੇ ਹਾਂ ਫਿਰ ਸਭ ਤੋਂ ਬੈਸਟ ਈ ਹੈ ਕਿ ਵੱਡਾ ਟੋਕਰਾ ਹੁੰਦਾ ਨਾ ਮਰਤਨਾ ਵਾਲਾ ਉਹਦੇ ਵਿੱਚ ਇਹਨਾਂ ਜਾਲੀ ਪਾ ਲਓ ਜਾਲੀ ਸਮਝਦੇ ਹੋ ਮਛਰਦਾਨੀ ਟੈਪ ਜਿਹੜੀ ਜਾਲੀ ਨਹੀਂ ਹੁੰਦੀ ਅਕਸਰ ਘਰਾਂ ਚ ਪਈ ਹੁੰਦੀ ਹੈ ਅੱਜ ਕੱਲ ਤੇ ਐਡੇ ਸਿਆਣੀਆਂ ਮਾਵਾਂ ਨੇ ਉਹ ਜਿਹੜੀ ਮਸਹਰੀ ਮਸੂਰੀ ਲੈਂਦੀ ਹੈ ਨਾ ਉਹਦੀ ਵੀ ਸਾਮਸੰਗ ਛੱਡਦੀਆਂ ਨੇ ਤੇ ਇੰਜ ਦੀ ਨੈਟ ਲੈ ਕੇ ਨਾ ਉਹ ਨੈਟ ਦੇ ਅੰਦਰ ਵਿਚਾਰੀ ਨੈਟ ਦਾ ਦੁਪੱਟਾ ਜਾਂ ਨੈਟ ਦਾ ਪੀਸ ਜੋ ਵੀ ਵਟਾਵਰ ਹੁੰਦਾ ਹੈ ਨਾ ਉਹ ਵਿਚਾ ਲੀ ਅੰਦਰ ਤੇ ਐਵੇਂ ਚਾਵਲ ਇਹਦੇ ਨਾਲ ਕੱਢੇ ਨੇ ਨਾਈਆਂ ਵਾਲੇ ਚਮਚੇ ਨਾਲ ਜਿੱਦਾਂ ਨਾਈ ਕੱਢਦੇ ਨੇ ਤੇ ਉਹ ਮੈਨੂੰ ਬੜਾ ਡਰ ਲੱਗਦਾ ਸਹੀ ਜਿਹੜੀ ਗੱਲ ਹੈ ਐ ਨੀਚੇ ਪਾਣੀ ਹੁੰਦਾ ਹੈ ਤੇ ਠੀਕ ਹੈ ਤੇ ਚਾਵਲ ਨਾ ਇਹਦੇ ਉੱਤੇ ਨਹੀਂ ਰੱਖ ਛੜਨੇ ਉਹ ਡਬਲ ਸਟੀਮ ਹੋਣ ਲੱਗ ਪੈਂਦੇ ਨੇ ਐ ਵੇਖੋ ਇੰਜ ਨਾ ਜਰਾ ਹਵਾਦਾਰ ਰੋਸਨੀ ਵਾਲੀ ਜਗ੍ਹਾ ਤੇ ਰੱਖ ਲੈਨੇ ਥੋੜੀ ਜਿਹੀ ਹਵਾ ਸ਼ਾ ਫਿਰਦੀ ਰਿਹਾ ਮੇਰਾ ਓਪੀਨੀਅਨ ਹੈ ਤੁਹਾਡਾ ਅਗਰ ਇੰਜ ਨਹੀਂ ਤੁਸੀਂ ਕਰਦੇ ਤਾਂ ਕੋਈ ਮਸਲਾ ਨਹੀਂ ਆਈ ਇਹ ਮੇ ਮੇਰੇ ਕੋਲ ਮੇਰੇ ਨਾਲ ਕਿ ਕੋਈ ਇੱਕ ਦੋ ਫੰਜਾ ਦਸਾਇ ਮੋਂ ਤੇ ਥਾਲੀ ਬੁੱਦੀ ਮਾਰ ਕੇ ਰੱਖੇੜੀਓ ਚਾਵਲ ਫੁੱਲੀ ਕੁੱਕ ਹੋ ਗਏ ਉਹ ਫਿਰ ਅੱਛਾ ਨਹੀਂ ਬੰਦਾ ਨਾ ਮਿੱਠਾ ਚਾਵਲ ਜਿਹੜਾ ਅੱਛਾ ਜੀ ਐ ਬੋ ਚ ਨੇਕ ਰਾਈਸ ਮੈਂ ਲਏ ਹਨ ਉਹਨਾਂ 'ਚ ਮੈਂ ਚੀਨੀ ਨਹੀਂ ਲਈ ਮੈਂ ਡਬਲ ਚੀਨੀ ਨੇ ਯੂਜ਼ ਕਰ ਰਹੀ ਬਾਸ ਲੋਗ ਨੇ ਡਬਲ ਚੀਨੀ ਲੈਂਦੇ ਨੇ ਠੀਕ ਹੈ ਤੇ ਬਹੁਤ ਜ਼ਿਆਦਾ ਮਤਲਬ ਮਿੱਠਾ ਪਸੰਦ ਕਰਦੇ ਨੇ ਤੇ ਅਹੀ ਤੁਹਾਡੇ ਨਾਲ ਥੋੜਾ ਜਿਹਾ ਥੋੜੇ ਨਾਲ ਵੀ ਅਡਾ ਜਿਹੜਾ ਨਾ ਉਹ ਸਰਸੁਰ ਜਾਂਦਾ ਹੈ ਤੇ ਕਿਨਾਲਾ ਉਹ ਦੁੱਧ ਚੀਨੀ ਪਾ ਕੇ ghee ਗਰਮ ਕੀਤਾ ghee ਚ ਇਲਾਇਚੀਆਂ ਪਾਈਆਂ ਤਿੰਨ ਚਾਰ ਫਿਰ ਅਸੀਂ ਚੀਨੀ ਪਾਈ ਅੱਜ ਪਤਾ ਨਹੀਂ ਕੀ ਮੇਰੀ ਆਡੀਓ ਵੀਡੀਓ ਅੱਗੇ ਅੱਗੇ ਜਾ ਰਹੀ ਹੈ ਇਹ ਚੀਨੀ ਪਾ ਕੇ ਉਹਨੇ ਦੁੱਧ ਪਾਇਆ ਠੀਕ ਹੈ ਦੁੱਧ ਕਿੰਨਾ ਕ ਪਾਇਆ ਕਿ ਮੈਂ ਹਾਫ ਕੱਪ ਤਕਰੀਬਨ ਜਿਹੜਾ ਨਾ ਉਹ ਦੁੱਧ ਪਾਇਆ ਚਾਹ ਜਿਹੜੇ ਨਾਰਮਲ ਕੱਪ ਹੁੰਦੇ ਨੇ ਨਾ ਉਹ ਵਰਾ ਮੱਗੇ ਨਹੀਂ ਜਿਹੜੇ ਕਾਫੀਆਂ ਲੈਂਦੇ ਨੇ ਚਾਹ ਵਾਲਾ ਕੱਪ ਠੀਕ ਹੈ ਨਾ ਦੁੱਧ ਐਡ ਕਰਕੇ ਹੁਣ ਅਸੀਂ ਇਹਨੂੰ ਜਿਹੜਾ ਨਾ ਹਲਕੀਆਂ ਚੁਲਾ ਸਲੋ ਕਰ ਲੈਣਾ ਫਲੇਮ ਇਹਦਾ ਸਲੋ ਰੱਖਣਾ ਹੈ ਠੀਕ ਹੈ ਤੇ ਉਹਦੀ ਨਾ ਉਹ ਚਾਸ਼ਨੀ ਬਣੰਦੇ ਨਹੀਂ ਤੇ ਬਹੁਤ ਜ਼ਿਆਦਾ ਚਾਸ਼ਨੀ ਨੂੰ ਪਤ ਨਹੀਂ ਚਾੜਨੀ ਪਤ ਤੋਂ ਮਰਾਦੇ ਤਾਰਾ ਨਹੀਂ ਬਣਾਣੀਆਂ ਨਹੀਂ ਤੇ ਫੇਰ ਤੁਹਾਡਾ ਨਾ ਚਾਵਲ ਨਹੀਂ ਸਹੀ ਬਣਨੇ ਤੇ ਕਲਰ ਵੀ ਨਹੀਂ ਸਹੀ ਆਣਾ ਨਾ ਉਹ ਫੇਰ ਮਜ਼ਾ ਨਹੀਂ ਆਉਂਦਾ ਠੀਕ ਹੈ ਤੇ ਵਿੱਚ ਨਾ ਕੈਰਮਲ ਕੈਰਮਲ ਫਲੇਵਰ ਆਨ ਲੱਗ ਪੈਂਦਾ ਸੋ ਚਾਵਲਾਂ ਦੀ ਸੁਬੂਨੀ ਆਂਦੀ ਇਹ ਬਦਾਮ ਜਿਹੜੇ ਸੀ ਭੇਤੇ ਹਨ ਵੇਖੋ ਕਿੰਨੇ ਨਰਮ ਹੋ ਗਏ ਛੇਲੋ ਐਵੇਂ ਖਾੜੀ ਚੀਨੀ ਜਿਹੜੀ ਉਹ ਟੋਟਲੀ ਮੈਲਟ ਹੋ ਚੁੱਕੀ ਉਹਨੇ ਦੂ ਵਾਈਟ ਵਾਈਟ ਰਵੇ ਇਹਦਾ ਕਲਰ ਜਿਹੜਾ ਉਹ ਕੈਰਮਲ ਨਹੀਂ ਕਰ ਦੇਣਾ ਅੱਛਾ ਜੀ ਇਹਦੇ ਵਿੱਚ ਤੁਸੀਂ ਆਪਣੀ ਸੌਂਗੀ ਗਿਰੀ ਨਾਰੀਅਲ ਮਤਲਬ ਕਿ ਤੇ ਜੋ ਕੁਛ ਵੀ ਸ਼ਾਮਿਲ ਕਰਨਾ ਚਾਹ ਰਹੇ ਤੁਸੀਂ ਕਰ ਲਓ ਜਿਹੜੇ ਜਿਹੜੇ ਮੇਵਾਜਾਤ ਸੁੰਗੀ ਜਾਤ ਸੁਗ ਗਿਰੀ ਜਾਤ ਵਗੈਰਾ ਜੋ ਵੀ ਹੈ ਨਾ ਮਸਾਲਾ ਜਾਤੋ ਡਾਲ ਲਓ ਤੇ ਉਹ ਡਾਲ ਕੇ ਤੁਸੀਂ ਇਹਨੂੰ ਕਮਾ ਲਓ ਇਹਦੇ ਚ ਅਸ਼ਰਫੀ ਮਰੱਬਾ ਬੜਾ ਪਿਆਰਾ ਲੱਗਦਾ ਹੈ ਤੇ ਉਹ ਅਸ਼ਰਫੀ ਮਰੱਬਾ ਮੈਨੂੰ ਲੱਭਾ ਨਹੀਂ ਤੇ ਮੈਂ ਕੋਈ ੜੀ ਤਕਲੀਫ ਵੀ ਨਹੀਂ ਫਿਰ ਕੀਤੀ ਲੱਭਣ ਦੀ ਤੇ ਦੂਸਰਾ ਛੋਟੇ ਛੋਟੇ ਗੁਲਾਬ ਜਾਮਨ ਦੇ ਉਹ ਤੁਸੀਂ ਪਾ ਸਕਦੇ ਹੋ ਐਂਡ ਤੇ ਨਾ ਗਾਰਨਿਸ਼ਿੰਗ ਦੇ ਟਾਈਮ ਤੇ ਰਸਗੁਲੇ ਮੇਰੇ ਤਾਂ ਮੇਰੇ ਬਾਜੀ ਦੀ ਦੁਕਾਨ ਤੋਂ ਮੈਨੂੰ ਮਿਲ ਜਾਂਦੇ ਹਨ ਪਰ ਮੈਂ ਬਸ ਸੁਸਤ ਜਿਹਾ ਬੰਦਾ ਹਾਂ ਤੇ ਮੈਂ ਜਿਹੜ ਕਿਸੇ ਮਹਿਫਲ ਹੋਇਆ ਰਹਾ ਵਾਸਤੇ ਇਹ ਆਪਣੇ ਘਰ ਦਾਵਤ ਵਗੈਰਾ ਵਾਸਤੇ ਕਰ ਰਹੇ ਹੋ ਤਾਂ ਫਿਰ ਤੇ ਜ਼ਰੂਰ ਯੂਜ਼ ਕਰਿਓ ਬੜਾ ਡੈਲੀਕੇਟ ਤੇ ਬੜਾ ਰੋਬਦਾਰ ਮਤੰਜਨ ਮੰਦਾ ਤੇ ਬੜਾ ਇਮਪ੍ਰੈਸ ਹੁੰਦਾ ਵੇ ਕਿ ਪਰ ਮਿੱਠੋ ਮਿੱਠੀ ਹੁੰਦਾ ਮੈਨੇ ਪੂਰੇ ਜਾਨ ਦੀ ਚੀਨੀ ਦੇ ਚਾਈ ਜਾਂਦੀ 슈ਗਰਾ ਤੇ ਜੇ ਤੁਸੀਂ ਪਸੰਦ ਕਰਦੇ ਹੋ ਕਿ ਮਤੰਜਨ ਵੀ ਖਾਣ ਵਾਲਾ ਥੋੜਾ ਘੱਟ ਲੈਵਲ ਤੇ ਖਾਣਾ ਹੈ ਮਤਲਬ ਕਿ 슈ਗਰ ਦਾ ਵੀ ਥੋੜਾ ਕੌਂਸ਼ੀਅਸ ਹੋ ਫਿਰ ਇਹ ਬੈਸਟ ਰਿਚ ਬਗਾਂ ਕੇ ਅੰਜੀ ਬਣਾਓ ਠੀਕ ਹੈ ਨਾ ਦੇ ਇਹ ਦੇ ਵਿਚਰੇ ਇੰਨਾ ਮਿੱਠਾ ਮੂਠਾ ਪਾਉਣ ਦੀ ਜਰੂਰਤ ਨਹੀਂ ਆ। ਚਲੋ ਜੀ ਹਰ ਇਹ ਹੁਣ ਇਸ ਵਿੱਚ ਚਾਵਲ ਸ਼ਾਮਿਲ ਕਰ ਦਿੱਤੇ ਨੇ। ਤੇਨੂੰ ਬੜੇ ਪਿਆਰ ਪਿਆਰ ਨਾਲ ਇਹਨੂੰ ਹਲਾਉਣਾ ਹੈ। ਠੀਕ ਹੈ। ਐ ਜ਼ਲਦਲਾਨੀ ਲੈਣਾ, ਤੜਗੜ ਮਗੜ ਨਹੀਂ ਕਰ ਦੇਣਾ ਨਹੀਂ ਤੇ ਖੀਰ ਹੋ ਹੀ ਨਹੀਂ ਜੇ ਤੇ ਇਹਨੂੰ ਵਿੱਚ ਮਿਕਸ ਕਰਕੇ ਨਾਲ ਤੇ ਤੁਸੀਂ ਹੁਣ ਇਹਦੇ ਉੱਤੇ ਲਾਣਾ ਢੱਕਣ। ਠੀਕ ਹੈ ਨਾ ਢੱਕਣ ਲਾ ਦਿਓ। ਇੰਜ ਹੁਣ ਐ ਦਾ ਫਲੇਮ ਜਿਹੜਾ ਮੀਡੀਅਮ ਹੈ ਠੀਕ ਹੈ ਮੀਡੀਅਮ ਕਰ ਦਿਓ। ਜਿਹੜੇ ਚਾਵਲ ਅਸੀਂ ਬਚਾਏ ਸਨ ਨਾ ਚਾਵਲ ਸ਼ੀਰੇ ਚ ਪਾਉਣ ਲੱਗੇ ਆ ਨਾ ਚਾਸ਼ਨੀ ਚ ਪਾਉਣ ਲੱਗੇ ਆ ਥੋੜੇ ਜਿਹਾ ਚਾਵਲ ਬਚਾ ਲੈਨੇ ਨੇ। ਇਹ ਹੀ ਬ ਤੇ ਗਰੀਕਾ ਮਿਕਸ ਕਰਕੇ ਉਹ ਚਮਚ ਨਾਲ ਹਿਲਾ ਲਓ ਠੀਕ ਹੈ ਠੰਡੇ ਕਰ ਲੈਣੇ ਨੇ ਚਾਵਲ ਜਿੰਨੇ ਠੰਡੇ ਹੋਣਗੇ ਉਹਨਾ ਅੱਛਾ ਕਲਰ ਆਏਗਾ ਤੇ ਇਹਦੇ ਛਿ ਮਿਕਸ ਕਰ ਲੈ ਠੀਕ ਹੋ ਗਿਆ ਬਾ ਚ ਬਗਾਇ ਬਗਾਇ ਆਪਣੇ ਚਾਵਲ ਵੀ ਚੈੱਕ ਕਰਦੇ ਲੋ ਮੇਰੇ ਰੰਗ ਕਿਆ ਸਿੱਧ ਹੱਥ ਵੀ ਨਾਲ ਰੰਗ ਬਰੰਗ ਹੋਏ ਨੇ ਤੇ ਇਹਨਾ ਚਾਵਲ ਚੈੱਕ ਕਰ ਲੋ ਆਪਣੇ ਗੋ ਗੋ ਪਤਾ ਨਹੀਂ ਕੀ ਹੋ ਜਾਂਦਾ ਤੇ ਇਹ ਸਾਡੇ ਨਾਲ ਦਮ ਤੇ ਚਾਵਲ ਆ ਗਏ ਕਿਉਂਕਿ ਪਾਣੀ ਸਾਰਾ ਚਾਸ਼ਨੀ ਸੁੱਕ ਹੋ ਗਈ ਉਹਨਾਂ ਨੇ ਫੁੱਲ ਦਮ ਤੇ ਕਰ ਦੇਣਾ ਉਦਰੇ ਹੀ ਇੱਕ ਸਿਰਫ ਗ੍ਰੀਨ ਕਲਰ ਮਿਕਸ ਕੀਤਾ ਹੈ ਹੁਣ ਰੈੱਡ ਕਰ ਲੋ ਕੈਮਰਾ ਵਿੱਚ ਰੱਖ ਲੋਂਦਾ ਨਹੀਂ ਪਿਆ ਉੜਕਦਾ ਫਿਰਦਾ ਪਿਆ ਮੇਰਾ ਕੈਮਰਾ ਮੈਂ ਇੱਕ ਕਰਾ ਉਹ ਨਾ ਕੋਲ ਕੈਮਰਾਮੈਨ ਹੈ ਨਾ ਕੋ ਗੱਲ ਨਾ ਬਾਤ ਆਪੀ ਕੈਮਰਾਮੈਨ ਨਹੀਂ ਆਪੀ ਸਾਰਾ ਕੁਝ ਹੈ ਯਾਰ ਗੱਲ ਕਰਨ ਵਾਲੀ ਤੇ ਇਹ ਹੁਣ ਤੁਸੀਂ ਰੈੱਡ ਚਾਵਲ ਜਿਹੜੇ ਨੇ ਉਹ ਰੈੱਡ ਚਾਵਲ ਰੈੱਡ ਕਲਰ ਜਿਹੜਾ ਨਾ ਉਹ ਇੱਕ ਢੇਰੀ ਵਿੱਚ ਮਿਕਸ ਕਰ ਲੈਣਾ ਤਿੰਨ ਢੇਰੀਆਂ ਵੱਖਰੀਆਂ ਵੱਖਰੀਆਂ ਲਾ ਲੀਆਂ ਹਨ ਤੇ ਤੁਸੀਂ ਐਡੇ ਨਾ ਪ੍ਰੋ ਨਾ ਬਣਿਓ ਐਡੇ ਮਾਸਟਰਮੈਂਡ ਦੀ ਜ਼ਰੂਰਤ ਨਹੀਂ ਕੋਲੀਆਂ ਵੱਖਰੀਆਂ ਵੱਖਰੀਆਂ ਲੀ ਲਿਓ ਔਰ ਮੈਂ ਤੇ ਇੱਥੇ ਤੁਸੀਂ ਕਿਦਿਆਂ ਦਾ ਕੋਲ ਛੜੋ ਕਚੋਲ ਨਾ ਇਹ ਮੈਂ ਤਾਂ ਚਲੋ ਥੋੜੀ ਜੀ ਮੈਨੂੰ ਮਾੜੀ ਜੀ ਪ੍ਰੈਕਟਿਸ ਹੋ ਗਈ ਏ ਤੇ ਤੁਸੀਂ ਜਿਹੜਾ ਤੇ ਇਹਦੇ ਵਿੱਚ ਤੁਸੀਂ ਜਿਹੜਾ ਨਾ ਉਹ ਮਿਕਸ ਕਰ ਲਿਓ ਠੀਕ ਹੈ ਹੁਣ ਮੈਂ ਐਂਜ ਲੱਗੰਦੇ ਰਿਹਾ ਇੰਡੀਆ ਦੇ ਚੰਡੇ ਦਾ ਰੰਗ ਬਣ ਗਿਆ ਪਰ ਇਹ ਜ਼ਰਦਾ ਕਲਰ ਹੈ ਬਰੀਆਨੀ ਵਾਲਾ ਯਾਰ ਇਹ ਬਰੀਆਨੀ ਵਾਲਾ ਕਲਰ ਹੀ ਦੂਜਾ ਨਹੀਂ ਇੰਡੀਆ ਦੇ ਜਿਹੜਾ ਚੰਡੇ ਨਾ ਹੁੰਦਾ orange ਕਲਰ ਤਕਰੀਬਨ ਉਹ ਹੀ ਹੁੰਦਾ ਸ਼ਾਇਦ ਤੇ ਐ ਤੇ ਮੈਨੂੰ ਐਂਜ ਲੱਗਦਾ ਜਿਵੇਂ ਉਹੀ ਰੰਗ ਬਣ ਗਿਆ ਪਰ ਚਲੋ ਹੈ ਤੇ ਇਹਨਾਂ ਨੂੰ ਤੁਸੀਂ ਵੱਖੋ ਵੱਖਰਾ ਮਿਕਸ ਕਰ ਲਓ ਤੇ ਐ ਆਪਣੀ ਜਿਹੜੀ ਨਾ ਪੂਰੀ ਹੈ Holi Diwali ਟੇਪ ਪਲੇਟ ਜਿਹੜੀ ਨਾ ਸਜਾ ਲਓ ਵੇਖ ਲਓ ਕਿੰਨੀ ਸੋਹਣੀ ਲੱਗੰਦੀ ਹੈ ਹਾਏ ਹਾਏ ਚਲੋ ਜੀ ਏਡਾ ਵੀ ਕੋਸੀਨ ਹੋ ਸਕਦਾ ਚਾਵਲਾਂ ਦਾ ਦਮ ਐ ਵੇਖੋ ਚਾਵਲ ਆੜੇ ਫੁੱਲੀ ਕੁਕ ਨੇ ਜਿਹੜਾ ਸਟੋਵ ਹੈ ਸੀ ਥੱਲੂ ਬੰਦ ਕਰ ਛੜਿਆ ਠੀਕ ਹੈ ਚੁੱਲਾ ਬੰਦ ਹੋ ਗਿਆ ਤੁਸੀਂ ਇਹ ਫੁੱਲੀ ਕੁਕ ਚਾਵਲ ਨੇ ਹੁਣ ਇਹਨਾਂ ਨੂੰ ਹਲਕਾ ਜਿਹਾ ਨਾ ਫਰੋਲੋ ਹਲਕਾ ਜਿਹਾ ਠੀਕ ਹੈ ਐ ਵੇਖੋ ਇਹ ਚਾਵਲ ਤਾਂ ਮੈਂ ਚੈੱਕ ਕਰਾਨੀ ਆ ਇਹ ਫੁੱਲੀ ਕੁਕ ਹੋ ਗਿਆ ਕੱਲਾ ਕੱਲਾ ਦਾਣਾ ਆਇਆ ਹੈ ਹੈ ਕੀ ਮੇਰੀ ਇਹ ਆਂਦਨ ਨੇ ਫਲੀਆਂ ਵਾਂਗੂ ਚਾਵਲ ਪੱਕੇ ਨੇ ਚਲੋ ਜੀ ਤੇ ਇਹ ਤੁਸੀਂ ਬਿਹਤਰੀਨ ਕਰਕੇ ਇਹ ਰੇ ਕਲਰ ਨੇ ਨਾ ਤਰਾਵੇ ਤੇ ਬੜੇ ਅਮਨ ਅਮਾਨ ਸ਼ਾਂਤੀ ਦੇ ਨਾਲ ਨਾ ਤੁਸੀਂ ਇਹ ਸਾਈਡਾਂ ਤੇ ਪਾ ਦਿਓ ਅਲੱਗ ਅਲੱਗ ਕਰਕੇ ਠੀਕ ਹੈ ਨਾ ਵਾਲਾ ਮਿਕਸ ਨਹੀਂ ਕਰਨਾ ਠੀਕ ਹੋ ਗਿਆ ਇਹਨਾਂ ਨੂੰ ਪਹਿਲਾਂ ਘੋਲ ਮਟੋਲ ਨਹੀਂ ਦੇਣਾ ਤੇ ਐਂਜੀ ਤੁਸੀਂ ਬਣਾ ਕੇ ਇੱਕ ਦਫਾ ਯਕੀਨ ਕਰੋ ਚੈੱਕ ਕਰੋ ਪਰਫੈਕਟ ਬਣੇਗਾ ਇਨਸ਼ਾਅੱਲਾ ਮੈਨੂੰ 80% ਕਾਂਗੇ ਗਏ ਫਸਟ ਟਾਈਮ ਚ ਪਰਫੈਕਟ ਬਣੇਗਾ ਇਨਸ਼ਾਅੱਲਾ ਸਿਰ ਦੋ ਚੀਜ਼ਾਂ ਦਾ ਧਿਆਨ ਕਰਨਾ ਕਲਰ ਮਿਕਸਿੰਗ ਕਰਨ ਲੱਗਿਆ ਦੂਸਰਾ ਚਾਵਲ ਕਨੀ ਤੇ ਲਾ ਲੈਣਾ ਚਾਵਲ ਉਬਾਲਣ ਲੱਗਿਆ ਬਸ ਇਹ ਦੋ ਮਿਸਟੇਕ ਆਣਾ ਕਰਿਓ ਤੇ ਆਸਮ ਬਹੁਤ ਅੱਛੇ ਬਣਨਗੇ ਅੱਛਾ ਜੀ ਇਹ ਵੇਖੋ ਨਾ ਡਾ ਇਹ ਦਮ ਚੁਕ ਲਿਆ ਇਹਦੇ ਵਿੱਚ ਅੱਛਾ ਗੁਲਾਬ ਦਾ ਅਰਕ ਤੇ ਯਾ ਕਿਉੜਾ ਅਰਕੇ ਕਿਉੜਾ ਇਆ ਗਲਾਬਦਾਰ ਰੱਖਿਆ ਦੋ ਚੀਜ਼ਾਂ ਜ਼ਰੂਰ ਯੂਜ਼ ਕਰਿਓ ਐਨ ਮੈਂ ਗਲਾਬਦਾਰ ਰੱਖੀ ਕਰਦੀ ਹਣੀ ਮੋਸਟਲੀ ਕਿਉੜਾ ਕੱਟੇ ਕਰਨੀ ਹੈ ਤੇ ਇਹ ਹੁਣ ਮੈਂ ਰੱਖਿਆ ਸੀ ਕੋ 3-4 ਮਿੰਟ ਦੀ ਮੈਂ ਰੈਸਟ ਦਿੱਤੀ ਰੈਸਟ ਦੇ ਕੇ ਮੈਂ ਚਾਵਲ ਵਾਰ ਕੱਢੇ ਨੇ ਮਤਲਬ ਕੜੀ ਕੇ ਕੜਾਈ ਰੱਖੀ ਹੈ ਚੁੱਲੇ ਦੇ ਥਲੇ ਤੇ ਆ ਵੇਖੋ ਮਿਕਸ ਕੀਤੇ ਨੇ ਆਹਾ ਹਾ ਸ਼ਾਨਾ ਚੈੱਕ ਕਰੋ ਆਹਾ ਹਾ ਕੀ ਬਾਤ ਹੈ ਇਹ ਹੋ ਗਿਆ ਰੈਡੀ ਠੀਕ ਹੋ ਗਿਆ ਇਹ ਇਹ ਚੈੱਕ ਕਰੋ ਹੁਣ ਇਹ ਜਾਰੇ ਖਾਣੇ ਦੇ ਸੀਓ ਹੀ ਨੇ ਜਲਦੀ ਵੀ ਵੇਖ ਕੇ ਚੈੱਕ ਕਰ ਲਓ ਤੇ ਚਲੋ ਜੀ ਇਹ ਜਿਹੜੀ ਰੈਸਪੀ ਹੈ ਨੂੰ ਜ਼ਰੂਰ ਟਰਾਈ ਕਰਿਓ ਜ਼ਰੂਰ ਬਣਾਇਓ ਬੜਾ ਮਜ਼ਾ ਆਂਦਾ ਹੈ ਤੇ ਇਹ ਇਹ ਜਿਹੜੀ ਕੁਕਿੰਗ ਹੈ ਨਾ ਜਿਕੇ ਕਿਲ ਕਰ ਚੱਕ ਹੀ ਹੁੰਦੇ ਨੇ ਫਿਰ ਜਦੋਂ ਹੱਥ ਭਾਈ ਜਾਂਦਾ ਫਿਰ ਬੰਦਾ ਮਾਸਟਰ ਹੋ ਜਾਂਦਾ ਓਕੇ ਜੀ ਦੋ ਚਾਦ ਰੱਖਿਓ ਅੱਲਾ ਹਾਫਿਜ਼